ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਈਂ ਇਹ ਦਰਸਾਇਆ ਹੈ ਕਿ ਜਿਸ ਵਿੱਚ ਸੈਲਫ ਕੌਨਫੀਡੈਂਸ ਹੈ ਜਿਸ ਵਿੱਚ ਸਵੈ ਵਿਸ਼ਵਾਸ ਹੈ ਉਹ ਸੋਹਣਾ ਕੰਮ ਕਰ ਸਕਦਾ ਹੈ ਪਰ ਜਿਸ ਵਿੱਚ ਹੰਕਾਰ ਹੈ ਉਹ ਡਿੱਗ ਪੈਂਦਾ ਹੈ ਤੇ ਦੂਸਰੀ ਗੱਲ ਇਹ ਦਰਸਾਈ ਹੈ ਕਿ ਜਿਹੜਾ ਨਾਮ ਜਪਦਾ ਹੈ ਨਾਮੀ ਪੁਰਖ ਦੀ ਅਰਦਾਸ ਵਿੱਚ ਸ਼ਕਤੀ ਆ ਜਾਂਦੀ ਹੈ ਪਰ ਸਾਨੂੰ ਇਸ ਨੂੰ ਜਰਨਾ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਦਵਾਈ ਵੀ ਇੱਕ ਸਿੱਧੀ ਹੈ ਜੇ ਡਾਕਟਰ ਵਿੱਚ ਸੈਲਫ ਕੌਨਫੀਡੈਂਸ ਯਾਨੀ ਸਵੈ ਵਿਸ਼ਵਾਸ ਹੋਵੇ ਤਾਂ ਉਹ ਜ਼ਿਆਦਾ ਸੋਹਣਾ ਕੰਮ ਕਰਦਾ ਹੈ ਹੰਕਾਰ ਹੋ ਜਾਵੇ ਤਾਂ ਡਿੱਗ ਪੈਂਦਾ ਹੈ ਨਾਮੀ ਪੁਰਖ ਦੀ ਅਰਦਾਸ ਵਿੱਚ ਸ਼ਕਤੀ ਆ ਜਾਂਦੀ ਹੈ ਇਸ ਨੂੰ ਜਰਨਾ ਹੈ ਅਸਾਂ ਸੇਵਾ ਕਰਨੀ ਹੈ ਇਸ ਖਿਆਲ ਨਾਲ ਕਿ ਪਤਾ ਨਹੀਂ ਸਾਡੀ ਕਿਸ ਸੇਵਾ ਤੇ ਵਾਹਿਗੁਰੂ ਜੀ ਰੀਜ ਪੈਣ ਤੇ ਬਖਸ਼ਿਸ਼ ਕਰ ਦੇਣ ਹਾਂਜੀ ਫਿਰ ਦੁਰਾਦਈ ਕਿ ਦਵਾਈ ਵੀ ਇੱਕ ਸਿੱਧੀ ਹੈ ਜੇ ਡਾਕਟਰ ਵਿੱਚ ਸੈਲਫ ਕੌਨਫੀਡੈਂਸ ਯਾਨੀ ਸਵੈ ਵਿਸ਼ਵਾਸ ਹੋਵੇ ਤਾਂ ਉਹ ਜ਼ਿਆਦਾ ਸੋਣਾ ਕੰਮ ਕਰਦਾ ਹੈ ਹੰਕਾਰ ਹੋ ਜਾਵੇ ਤਾਂ ਡਿੱਗ ਪੈਂਦਾ ਹੈ ਨੌਵੀਂ ਪੁਰਖ ਦੀ ਅਰਦਾਸ ਵਿੱਚ ਸ਼ਕਤੀ ਆ ਜਾਂਦੀ ਹੈ ਇਸ ਨੂੰ ਜਰਨਾ ਹੈ ਅਸਾਂ ਸੇਵਾ ਕਰਨੀ ਹੈ ਇਸ ਖਿਆਲ ਨਾਲ ਕਿ ਪਤਾ ਨਹੀਂ ਸਾਡੀ ਕਿਸ ਸੇਵਾ ਤੇ ਵਾਹਿਗੁਰੂ ਜੀ ਰੀਜ ਪੈਣ ਤੇ ਬਖਸ਼ਿਸ਼ ਕਰ ਦੇਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ